स्टूडेंट्स बेटा आज ਦਾ ਆਪਣਾ ਫਾਈਨੈਂਸ਼ੀਅਲ ਅਕਾਊਂਟਿੰਗ ਦਾ 15 ਲੈਕਚਰ ਹੈ ਪ੍ਰੋਵੀਜ਼ਨ ਐਂਡ ਰਿਜ਼ਰਵ ਬੇਟਾ ਇਸ ਟਾਪਿਕ ਤੇ ਬਹੁਤ ਜ਼ਿਆਦਾ ਬੱਚੇ ਕਨਫਿਊਜ਼ ਹੁੰਦੇ ਨੇ ਕਿ ਪ੍ਰੋਵੀਜ਼ਨ ਕੀ ਚੀਜ਼ ਹੈ ਰਿਜ਼ਰਵ ਕੀ ਚੀਜ਼ ਹੈ ਕੁਝ ਬੱਚੇ ਤਾਂ ਇਸ ਨੂੰ ਸੇਮ ਸਮਝਦੇ ਆ ਜਦਕਿ ਐਕਚੁਅਲੀ ਚ ਇਹ ਦੋਨੇ ਸੇਮ ਟਰਮਸ ਨਹੀਂ ਹੈ ਸੋ ਬੇਟਾ ਅੱਜ ਦੇ ਲੈਕਚਰ ਸੁਣਨ ਤੋਂ ਬਾਅਦ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏਗਾ ਵਾਟ ਇਜ਼ ਦਾ ਪ੍ਰੋਵੀਜ਼ਨ ਐਂਡ ਵਾਟ ਇਜ਼ ਦਾ ਰਿਜ਼ਰਵ ਐਂਡ ਦੋਨਾਂ ਵਿੱਚ ਕੀ ਡਿਫਰੈਂਸ ਹੈ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏਗਾ ਬੇਟਾ ਸੋ ਆਪਾਂ ਸਟਾਰਟ ਕਰਦੇ ਆ ਬੇਟਾ ਸਭ ਤੋਂ ਪਹਿਲਾਂ ਅਬ ਬੇਟਾ ਪ੍ਰਵੀਜ਼ਨ ਇਜ਼ ਐਨ ਅਮਾਉਂਟ ਸੈਟ ਅਸਾਈਡ ਬਾਈ ਚਾਰਜਿੰਗ ਇਟ ਟੂ ਦਾ ਪ੍ਰੋਫਿਟ ਐਂਡ ਲਾਸ ਬੇਟਾ ਪ੍ਰਵੀਜ਼ਨ ਉਹ ਅਮਾਉਂਟ ਹੈ ਜੋ ਪ੍ਰੋਫਿਟ ਐਂਡ ਲਾਸ ਦੇ ਅਗੇਂਸ ਚਾਰਜ ਹੁੰਦੀ ਹੈ ਬੇਟਾ ਚਾਰਜ ਇੱਕ ਟਰਮ ਹੁੰਦਾ ਚਾਰਜ ਇੱਕ ਹੁੰਦਾ ਐਪਰੂਵੇਸ਼ਨ ਉਹਦੇ ਬਾਰੇ ਆਪਾਂ ਡਿਸਕਸ ਕਰਦੇ ਆਂ ਫਿਲਹਾਲ ਤੁਸੀਂ ਯਾਦ ਰੱਖੋ ਪ੍ਰਵੀਜ਼ਨ ਬੇਟਾ ਉਹ ਅਮਾਉਂਟ ਹੈ ਜੋ ਪ੍ਰੋਫਿਟ ਐਂਡ ਲਾਸ ਦੇ ਅਗੇਂਸ ਆਪਣੀ ਚਾਰਜ ਹੁੰਦੀ ਹੈ ਐਂਡ ਸਟੇਟਮੈਂਟ ਆਫ ਪ੍ਰੋਫਿਟ ਲਾਸ ਇਨ ਕੇਸ ਆਫ ਕੰਪਨੀ ਪ੍ਰੋਫਿਟ ਐਂਡ ਲਾਸ ਅਗੇਂਸ ਚਾਰਜ ਹੁੰਦੀ ਹੈ ਅਗਰ ਬੇਟਾ ਕੰਪਨੀ ਹੈ ਤੇ ਸਟੇਟਮੈਂਟ ਐਂਡ ਪ੍ਰੋਫਿਟ ਲਾਸ ਦੇ ਵਿੱਚ ਚਾਰਜ ਹੁੰਦੀ ਹੈ ਕਿਸ ਲਈ ਹੁੰਦੀ ਹੈ ਫੋਰਨ ਨੋਨ ਲਾਇਬਿਲਟੀ ਕਿ ਜਿਸ ਲਾਇਬਿਲਟੀ ਬਾਰੇ ਤੁਹਾਨੂੰ ਪਤਾ ਹੈ ਬਟ ਉਸਦੇ ਅਮਾਉਂਟ ਬਾਰੇ ਨਹੀਂ ਪਤਾ ਦਾ ਅਮਾਉਂਟ ਵਿਚ ਕੈਨ ਨੋਟ ਬੀ ਡਿਟਰਮਾਈਨਡ ਵਿਦ ਦਾ ਐਕੂਰੇਸੀ ਬੇਟਾ ਪ੍ਰੋਵੀਜ਼ਨ ਉਹ ਅਮਾਉਂਟ ਹੈ ਜੋ ਤੁਹਾਡੀ ਪ੍ਰੋਫਿਟ ਐਂਡ ਲਾਸ ਅਗੇਂਸ ਚਾਰਜ ਹੁੰਦੀ ਹੈ ਪ੍ਰੋਫਿਟ ਐਂਡ ਲਾਸ ਦੇ ਤੁਸੀਂ ਡੈਬਿਟ ਸਾਈਡ ਪਾ ਰਹੇ ਹੋ ਬਟ ਤੁਹਾਨੂੰ ਉਸਦੇ ਲਾਇਬਿਲਟੀ ਬਾਰੇ ਪਤਾ ਹੈ ਕਿਸ ਲਈ ਪ੍ਰੋਵੀਜ਼ਨ ਬਣਾ ਰਹੇ ਹੋ ਬਟ ਤੁਹਾਨੂੰ ਉਸਦੀ ਅਮਾਉਂਟ ਨਹੀਂ ਪਤਾ ਬੇਟਾ ਜੋ ਤੁਸੀਂ ਅਮਾਉਂਟ ਕੈਲਕੂਲੇਟ ਕਰਦੇ ਹੋ ਓਨ ਦਾ ਬੇਸਿਸ ਆਫ ਦੀ ਬੈਸਟ ਐਸਟੀਮੇਟ ਓਨ ਦਾ ਬੇਸਿਸ ਆਫ ਦੀ ਬੈਸਟ ਐਸਟੀਮੇਟ ਸੋ ਬੇਟਾ ਇਹਦੀ ਐਗਜ਼ਾਮਪਲ ਦੇਖੋ ਪ੍ਰੋਵੀਜ਼ਨ ਫਾਰ ਦੀ ਡੈਪ੍ਰੀਸੀਏਸ਼ਨ ਪ੍ਰੋਵੀਜ਼ਨ ਫਾਰ ਡਾਊਟਫੁਲ ਡੈਟਸ ਬੇਟਾ ਮੰਨ ਕੇ ਚੱਲੋ ਆਪਣੇ ਡੈਟਰ ਆਪਾਂ ਨੂੰ ਤਾਂ ਪੈਸਾ ਆਪਾਂ ਲੈਣਾ ਤੁਹਾਨੂੰ ਡਰ ਹੈ ਕਿ ਥੋੜੇ ਬੈਡ ਡੈਟਸ ਹੋ ਜਾਣਗੇ ਬਟ ਤੁਹਾਨੂੰ ਇਹ ਨਹੀਂ ਪਤਾ ਕਿੰਨੀ ਅਮਾਉਂਟ ਦੇ ਬੈਡ ਡੈਟ ਹੋਣਗੇ ਤਾਂ ਵਾਂਸ ਅਗੇ ਤੁਹਾਨੂੰ ਲਾਇਬਿਲਟੀ ਪਤਾ ਬੇਟਾ ਬਟ ਤੁਹਾਨੂੰ ਅਮਾਉਂਟ ਨਹੀਂ ਪਤਾ 댓 ਇਜ਼ ਅ ਪ੍ਰੋਵੀਜ਼ਨ ਕਿ ਤੁਹਾਨੂੰ ਉਸ ਬਾਰੇ अमाउंट ਨਹੀਂ ਪਤਾ ਤਾਂ ਬੇਟਾ ਆਪਣਾ ਸੀਰਿਅਲੀ ਕੀ ਕ੍ਰੀਏਟ ਕਰਦੇ ਨੇ ਪ੍ਰੋਵੀਜ਼ਨ ਫੋਰ ਅਨਟ ਆਊਟਫੁਲ ਡੈਟਸ ਪ੍ਰੋਵੀਜ਼ਨ ਫੋਰ ਰਿਪੇਅਰ ਬੇਟਾ ਤੁਹਾਨੂੰ ਪਤਾ ਹੈ ਕਿ ਤੁਹਾਡੀ ਮਸ਼ੀਨਰੀ ਕੋਈ ਰਿਪੇਅਰ ਦੀ ਡਿਮਾਂਡ ਹੋਏਗੀ ਆਪਣੀ ਉਸ ਦੀ ਮਸ਼ੀਨਰੀ ਦੇ ਰਿਪੇਅਰ ਦੀ ਨੀਡ ਪੈਣੀ ਹੈ ਪਰ ਤੁਹਾਨੂੰ ਇਹ ਨਹੀਂ ਪਤਾ ਕਿੰਨੇ अमाउंट ਦੀ ਨੀਡ ਪੈਣੀ ਹੈ 댓 ਇਜ਼ ਆ ਪ੍ਰੋਵੀਜ਼ਨ ਬੇਟਾ ਕੁਝ ਐਗਜ਼ਾਮਪਲ ਨੇ ਆਪਣੀਆਂ ਪ੍ਰੋਵੀਜ਼ਨ ਦੀਆਂ ਬੇਟਾ ਅਗਲੀ ਇੰਪੋਰਟੈਂਟ ਗੱਲ ਕੀ ਹੈ ਜੋ ਤੁਹਾਡੇ ਪ੍ਰੋਵੀਜ਼ਨ ਹੈ ਬੇਟਾ ਲਾਇਬਿਲਟੀ ਨਾਲੋਂ ਡਿਫਰੈਂਟ ਹੈ ਬੇਟਾ ਪ੍ਰੋਵੀਜ਼ਨ ਦੇ ਵਿੱਚ ਕੀ ਹੁੰਦਾ ਐਸਟੀਮੇਟਡ ਅਮਾਊਂਟ ਪਰਵੀਜ਼ਨ ਵਿੱਚ ਕੀ ਹੁੰਦਾ ਤੁਹਾਡੇ ਐਸਟੀਮੇਟਡ ਅਮਾਉਂਟ ਬਟ ਲਾਇਬਿਲਟੀ ਚ ਐਕਚੁਅਲ ਯਾ ਡਿਟਰਮਿੰਡ ਮਾਉਂਟ ਹੁੰਦੀ ਹੈ ਐਗਜ਼ਾਮਪਲ ਨਾਲ ਤੁਹਾਨੂੰ ਸਮਝਾਉਣਾ ਦੇਖੋ ਬੜਾ ਪ੍ਰੋਵਾਈਡਿੰਗ ਦਾ ਵੇਜਸ 50000 ਪੇਅਬਲ ਆਊਟਸਟੈਂਡਿੰਗ ਹੈ ਫੋਰ ਦਿ ਮੰਥ ਆਫ ਮਾਰਚ ਇਜ਼ ਅ ਲਾਇਬਿਲਟੀ ਕਿ ਇਹ ਬੜਾ ਇੱਕ ਡਿਟਰਮਿੰਡ ਅਮਾਉਂਟ ਹੈ 50000 ਇੱਕ ਐਕਚੁਅਲ ਅਮਾਉਂਟ ਹੈ ਕਿ ਕਿੰਨੀ ਆਪਣੀ ਮਾਰਚ ਦੀ ਲਾਇਬਿਲਟੀ ਪਈ ਹੈ ਤਾਂ ਬੜਾ ਇਸ ਨੂੰ ਸੀ ਲਾਇਬਿਲਟੀ ਕਹਿੰਦੇ ਆ ਬਟ ਜੋ ਤੁਹਾਡੀ ਪ੍ਰੋਵੀਜ਼ਨ ਹੈ ਉਹ ਇੱਕ ਐਸਟੀਮੇਟਡ ਅਮਾਉਂਟ ਹੁੰਦੀ ਹੈ ਠੀਕ ਹੈ ਜੀ ਸੋ ਬੇਟਾ ਇਨ ਬਰੀਫ ਪ੍ਰਵੀਜ਼ਨ ਕੀ ਹੈ ਜੋ ਪ੍ਰੋਫਿਟ ਲਾਸ ਦੇ ਅਗੇ ਚਾਰਜ ਹੁੰਦੀ ਹੈ ਤੁਹਾਡੀ ਜਿਸ ਦੇ ਬਾਰੇ ਤੁਹਾਨੂੰ ਲਾਇਬਿਲਟੀ ਬਾਰੇ ਪਤਾ ਹੁੰਦਾ ਬਟ ਅਮਾਉਂਟ ਬਾਰੇ ਨਹੀਂ ਪਤਾ ਹੁੰਦਾ 댓 ਇਜ਼ ਦਾ ਪ੍ਰਵੀਜ਼ਨ ਦੇਖੋ ਬੇਟਾ ਅਗਲਾ ਟਾਪਿਕ ਆਉਂਦਾ ਹੈ ਰਿਜ਼ਰਵ ਕੀ ਹੈ ਬੇਟਾ ਰਿਜ਼ਰਵ ਹੁੰਦਾ ਹੈ ਐਪਰੋਪ੍ਰੀਏਸ਼ਨ ਆਫ ਦਾ ਪ੍ਰੋਫਿਟ ਪਹਿਲਾਂ ਆਪਾਂ ਟਾਪਿਕ ਪੜ੍ਹਨ ਤੋਂ ਪਹਿਲਾਂ ਬੇਟਾ ਆਪਾਂ ਚਾਰਜ اور ਐਪਰੋਪ੍ਰੀਏਸ਼ਨ ਦਾ ਮੀਨਿੰਗ ਕਲੀਅਰ ਕਰਦੇ ਹਾਂ ਦੇਖੋ ਪਹਿਲਾਂ ਆਪਾਂ ਕਾਊਂਟਿੰਗ ਲੈਂਗੁਏਜ ਤੋਂ ਹਟ ਕੇ ਬੇਟਾ ਇਹਦਾ ਮੀਨਿੰਗ ਕਲੀਅਰ ਕਰਦੇ ਆ ਬੇਟਾ ਚਾਰਜ ਦਾ ਮਤਲਬ ਮੰਨ ਕੇ ਚੱਲੋ ਜਿਸ ਐਕਸਪੈਂਸ 'ਤੇ ਤੁਹਾਨੂੰ ਆਲਰੇਡੀ ਪਰਮਿਸ਼ਨ ਮਿਨੀ ਪਈ ਹੈ ਮੰਨ ਕੇ ਚੱਲੋ ਤੁਸੀਂ ਕੋਈ ਐਕਸਪੈਂਸ ਕਰ ਰਹੇ ਹੋ ਜਿਹਦੀ ਤੁਹਾਨੂੰ ਆਲਰੇਡੀ ਪਰਮਿਸ਼ਨ ਮਿਲੀ ਪਈ ਹੈ ਬਟ ਐਪਰੋਪੇਸ਼ਨ ਤੁਸੀਂ ਸੀ ਇੱਕ ਪਰਮਿਸ਼ਨ ਕਿ ਤੁਸੀਂ ਦੇਖ ਰਹੇ ਹੋ ਕਿ ਸਾਨੂੰ ਇਸ ਦੀ ਪਰਮਿਸ਼ਨ ਮਿਲ ਜੇ ਐਕਸਪੈਂਸ ਦੀ ਅਕਾਊਂਟਿੰਗ ਤੋਂ ਹਟ ਕੇ ਦੱਸ ਰਿਹਾ ਬੇਟਾ ਅਗਰ ਇਹਦੇ ਅਕਾਊਂਟਿੰਗ ਲੈਂਗੁਏਜ ਵਿੱਚ ਕਰੀਏ ਬੇਟਾ ਚਾਰਦਾ ਮਤਲਬ ਕੀ ਹੈ ਚਾਹੇ ਤੁਹਾਨੂੰ ਪ੍ਰੋਫਿਟ ਹੋਵੇ ਚਾਹੇ ਲਾਸ ਹੋਵੇ ਉਹ ਤੁਹਾਨੂੰ ਐਕਸਪੈਂਸ ਕਰਨਾ ਹੀ ਪੈਣਾ ਹੈ ਐਪਰੋਪ੍ਰੀਏਸ਼ਨ ਕੀ ਹੈ ਤੁਸੀਂ ਅਗਰ ਪ੍ਰੋਫਿਟ ਹੋਏਗਾ ਤਾਂ ਹੀ ਕਰੋਗੇ ਆਦਰਵਾਇਸ ਨਹੀਂ ਕਰੋਗੇ ਅਕਾਊਂਟਿੰਗ ਦੇ ਵਿੱਚ ਇੱਕ ਹੋਰ ਡਿਫਰੈਂਸ ਆ ਬੇਟਾ ਜੋ ਤੁਹਾਡਾ ਚਾਰਜ ਹੋ ਪ੍ਰੋਫਿਟ ਲਾਸ ਵਿੱਚ ਜਾਂਦਾ ਹੈ ਐਪਰੋਪ੍ਰੀਏਸ਼ਨ ਤੁਹਾਡਾ ਪ੍ਰੋਫਿਟ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਵਿੱਚ ਜਾਂਦਾ ਹੈ ਜੋ ਕਿ ਜਿਸ ਤੋਂ ਬਾਅਦ 파ਟਨਰ ਦੇ ਵਿੱਚ ਉਹ ਡਿਸਟ੍ਰਿਬਿਊਟ ਹੋ ਜਾਂਦਾ ਹੈ ਸੋ ਬੇਟਾ ਚਾਰਜ اور ਐਪਰੋਪ੍ਰੀਏਸ਼ਨ ਦਾ ਮੀਨਿੰਗ ਕਲੀਅਰ ਹੋਣਾ ਚਾਹੀਦਾ ਹੈ ਚਾਰਜ ਮਤਲਬ ਤੁਹਾਨੂੰ ਐਕਸਪੈਂਸ ਅਕਾਊਂਟਿੰਗ ਮੀਨੀ ਤੋਂ ਹਟ ਕੇ ਐਕਸਪੈਂਸ ਦੀ ਆਲਰੇਡੀ ਪਰਮਿਸ਼ਨ ਮਿਲੀ ਪਈ ਹੈ ਐਪਰੋਪ੍ਰੀਏਸ਼ਨ ਬੰਦਾ ਤੁਸੀਂ ਪਰਮਿਸ਼ਨ ਸਵੀਕਾਰ ਰਿਓ ਬੇਟਾ ਚਾਰਜ ਪ੍ਰੋਫਿਟ ਲਾਸ ਹੋਵੇ ਨਾ ਹੋਵੇ ਤੁਹਾਨੂੰ ਐਕਸਪੈਂਸ ਕਰਨਾ ਪੈਣਾ ਹੈ ਐਪਰੋਵੀਸ਼ਨ ਜੇ ਪ੍ਰੋਫਿਟ ਹੋਏਗਾ ਤਾਂ ਕਰੋਗੇ ਬੇਟਾ ਚਾਰਜ ਪ੍ਰੋਫਿਟ ਐਂਡ ਲਾਸ ਅਕਾਊਂਟ ਵਿੱਚ ਜਾਂਦਾ ਡੈਬਿਟ ਸਾਈਡ ਐਪਰੋਵੀਸ਼ਨ ਹੋਏਗਾ ਜੋ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਦੇ ਜਾਏਗਾ ਡੈਬਿਟ ਸਾਈਡ ਬੇਟਾ ਹੁਣ ਆਪਾਂ ਡਿਟੇਲਸ ਪੜ੍ਹਦੇ ਹਾਂ ਜੋ ਬੇਟਾ ਤੁਹਾਡੀ ਪ੍ਰੋਵੀਜ਼ਨ ਹੈ ਉਹ ਤੁਹਾਡੀ ਚਾਰਜ ਅਗੇਂਸਟ ਪ੍ਰੋਫਿਟ ਹੈ ਜੋ ਤੁਹਾਡਾ ਰਿਜ਼ਰਵ ਹੈ ਬੇਟੋ ਐਪਰੋਪ੍ਰੀਏਸ਼ਨ ਆਫ ਦਾ ਪ੍ਰੋਫਿਟ ਹੈ ਦੇਖੋ ਬੇਟਾ ਇਟ ਇਜ਼ ਅ ਐਪ੍ਰੋਪ੍ਰੀਏਸ਼ਨ ਆਫ ਦਾ ਪ੍ਰੋਫਿਟ ਰਿਜ਼ਰਵ ਕਿਉਂ ਕ੍ਰੀਏਟ ਕੀਤਾ ਜਾਂਦਾ ਹੈ ਟੂ ਸਟਰੈਂਥ ਦਾ ਫਾਈਨੈਂਸ਼ੀਅਲ ਪੋਜੀਸ਼ਨ ਆਫ ਦੀ ਬਿਜ਼ਨਸ ਬੇਟਾ ਆਪਣੀ ਜੋ ਤੁਹਾਡੀ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਹੈ ਉਸ ਨੂੰ ਸਟਰੋਂਗ ਕਰਨ ਲਈ ਰਿਜ਼ਰਵ ਕ੍ਰੀਏਟ ਕੀਤਾ ਜਾਂਦਾ ਹੈ ਬੇਟਾ ਨੈਕਸ ਜਰਵ ਦੇ ਇੰਪੋਰਟੈਂਟ ਨੋਟ ਸੈਟ ਟੂ ਮੀਟ ਅ ਲਾਇਬਿਲਟੀ ਬੇਟਾ ਕਿਸੇ ਲਾਇਬਿਲਟੀ ਨੂੰ ਮੀਟ ਕਰਨ ਲਈ ਨਹੀਂ ਹੁੰਦਾ ਇਹ ਤੁਹਾਡੇ ਅਨਨੋਨ ਕੰਟੀਜੈਂਸੀ ਲਈ ਹੁੰਦਾ ਹੈ ਯਾ ਇਹ ਦੇਖੋ ਇਹ ਜ਼ਰਵ ਨਾ ਤਾਂ ਕਿਸੇ ਲਾਇਬਿਲਟੀ ਨੂੰ ਮੀਟ ਕਰਨ ਲਈ ਹੁੰਦਾ ਯਾ ਐਸੈਟ ਦੀ ਅਗਰ ਵੈਲਿਊ ਕੈਟੇ ਡੈਪ੍ਰੀਸੀਏਸ਼ਨ ਉਸ ਲਈ ਵੀ ਨਹੀਂ ਹੁੰਦਾ ਬੇਟਾ ਜੋ ਤੁਹਾਡਾ ਇਹ ਜ਼ਰਵ ਹੈ ਬਟਾ ਸੈਟ ਅਸਾਈਡ ਟੂ ਮੀਟ ਦਾ ਨੋਨ ਐਂਡ ਅਨਨੋਨ ਕੰਟੀਜੈਂਸੀ ਬੇਟਾ ਲਾਇਬਿਲਟੀ ਮੀਟ ਕਰਨ ਲਈ ਨਹੀਂ ਹੈ ਐਸੈਟ ਦੀ ਡੈਪ੍ਰੀਸੀਏਸ਼ਨ ਲਈ ਨਹੀਂ ਹੈ ਇਹ ਤੁਹਾਡਾ ਨੋਨ ਔਰ ਅਨਨੋਨ ਕੰਟੀਜੈਂਸੀ ਲਈ ਹੁੰਦਾ ਫੋਰ ਐਗਜ਼ਾਮਪਲ ਦੇਖੋ ਬੇਟਾ ਜਨਰਲ ਰਿਜ਼ਰਵ ਕਿ ਅਗਰ ਕਦੇ ਵੀ ਫਿਊਚਰ ਜੀਡ ਪਈ ਤੁਸੀਂ ਬੇਟਾ ਉਸ ਪੈਸਾ ਕਢਾਲ ਸਕਦੇ ਹੋ ਵਿਡਰੋ ਕਰ ਸਕਦੇ ਹੋ ਰਿਜ਼ਰਵ ਫॉर ਐਕਸਪੈਂਸ਼ਨ ਤੁਸੀਂ ਕੋਈ ਆਪਣਾ ਬਿਜ਼ਨਸ ਆਪਣਾ ਹਾਈ ਲੈਵਲ ਤੇ ਕਰਨਾ ਬੇਟਾ ਐਕਸਪੈਂਡ ਕਰਨਾ ਹੈ ਉਸ ਲਈ ਤੁਸੀਂ ਰਿਜ਼ਰਵ ਕ੍ਰੀਏਟ ਕੀਤਾ ਹੈ ਬੇਟਾ ਇੱਕ ਰਿਜ਼ਰਵ ਐਂਡ ਰਿਜ਼ਰਵ ਫੰਡ ਵਿੱਚ ਵੀ ਡਿਫਰੈਂਸ ਹੈ ਇੱਕ ਤੁਹਾਡਾ ਰਿਜ਼ਰਵ ਐਂਡ ਰਿਜ਼ਰਵ ਫੰਡ ਵਿੱਚ ਵੀ ਬੇਟਾ ਡਿਫਰੈਂਸ ਹੈ ਦੇਖੋ ਕੀ ਹੁੰਦਾ ਹੈ ਬੇਟਾ ਅਗਰ ਤੁਸੀਂ ਰਿਜ਼ਰਵ ਨੂੰ ਇਨਵੈਸਟ ਕਰ ਦਿੰਦੇ ਹੋ ਆਊਟਸਾਈਡ ਸਕਿਉਰਿਟੀ ਵਿੱਚ अगर ਤੁਸੀਂ ਇਹ ਰਿਜ਼ਰਵ ਨੂੰ ਆਊਟਸਾਈਡ ਸਕਿਉਰਟੀ ਵਿੱਚ ਇਨਵੈਸਟ ਕਰ ਦਿੰਨੇ ਹੋ ਥੈਨ ਬੇਟਾ ਜੋ ਤੁਹਾਡਾ ਰਿਜ਼ਰਵ ਹੈ ਰਿਜ਼ਰਵ ਫੰਡ ਬਣ ਜਾਏਗਾ اگر ਤੁਸੀਂ ਕਿਸੇ ਵਿੱਚ ਵੀ ਤੁਸੀਂ ਇਨਵੈਸਟ ਨਹੀਂ ਕਰਦੇ ਥੈਨ ਬੇਟਾ ਉਹ ਆਪਣਾ ਰਿਜ਼ਰਵ ਹੀ ਰਹੇਗਾ ਰਿਜ਼ਰਵ ਫੰਡ ਨਹੀਂ ਕਹਾਵਾਂਗੇ ਉਸ ਨੂੰ ਸਿਰ ਰਿਜ਼ਰਵ ਹੀ ਕਹਾਵਾਂਗੇ ਤਾਂ ਥੈਨ ਬਰੀਫ ਵਿੱਚ ਕੀ ਹੋ ਗਿਆ اگر ਤੁਸੀਂ ਰਿਜ਼ਰਵ ਨੂੰ ਆਊਟਸਾਈਡ ਸਕਿਉਰਟੀ ਵਿੱਚ ਇਨਵੈਸਟ ਕਰ ਦਿੰਨੇ ਹੋ ਤਾਂ ਰਿਜ਼ਰਵ ਫੰਡ ਹੈ ਆਦਰਵਾਈਜ਼ ਉਹ ਰਿਜ਼ਰਵ ਹੀ કહਾਇਆ ਜਾਏਗਾ ਅੱਗੇ ਦੇਖੋ ਬੇਟਾ ਆਪਣਾ ਆਪਣੀ ਜ਼ਰੂਰ ਦੀ ਐਗਜ਼ਾਮਪਲ ਜਨਰਲ ਜ਼ਰੂਰ ਵਰਕ ਵਰਕਮੈਨ ਕੰਪਨਸੇਸ਼ਨ ਇਸ ਜ਼ਰੂਰ ਬੇਟਾ ਇੱਕ ਸਪੈਸ਼ਲ ਰਿਜ਼ਰਵ ਹੋ ਗਿਆ ਵਰਕਰ ਲਈ ਕ੍ਰੀਏਟ ਹੁੰਦਾ ਹੈ ਇਨਵੈਸਟਮੈਂਟ ਫਲਕਚੁਏਸ਼ਨ ਇਸ ਜ਼ਰੂਰ ਬੇਟਾ ਕਿ ਇਨਵੈਸਟਮੈਂਟ ਦੀ ਵੈਲਿਊ ਮਾਰਕੀਟ ਵੈਲਿਊ ਨਾਲ ਡਾਊਨ ਆ ਜਾਏ ਇਹ ਉਸ ਲਈ ਜ਼ਰੂਰ ਹੁੰਦਾ ਹੈ ਬੜੇ ਸਾਰੇ ਐਪਰੋਪ੍ਰੀਏਸ਼ਨ ਆਫ ਦਾ ਪ੍ਰੋਫਿਟ ਹੈ ਇਹ ਪ੍ਰੋਫਿਟ ਲਾਸ ਅਕਾਊਂਟ ਚ ਨਹੀਂ ਆਣਗੇ ਤੁਹਾਡੇ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਚ ਆਣਗੇ ਬੜਾ ਇੰਪੋਰਟੈਂਸ ਕੀ ਹੈ ਦੇਖੋ ਆਪਣੀ ਜ਼ਰੂਰ ਦੇ ਬਿਨਰ ਦੀ ਫਾਈਨੈਂਸ਼ੀਅਲ ਪੋਜੀਸ਼ਨ ਸਟਰੋਂਗ ਕਰਨ ਲਈ ਠੀਕ ਹੈ ਬੇਟਾ ਜਾਂ ਕੋਈ ਵੀ ਫਿਊਚਰ ਵਿੱਚ ਡਿਫਿਕਲਟੀ ਆਂਦੀ ਹੈ ਉਸ ਨੂੰ ਮੀਟ ਕਰਨ ਲਈ ਪਰਪਸ ਹੋ ਸਕਦਾ ਹੈ ਜ਼ਰੂਰ ਕੀ ਹੋ ਸਕਦਾ ਹੈ ਬਿਜ਼ਨਸ ਨੂੰ ਐਕਸਪੈਂਡ ਕਰਨ ਲਈ ਫਾਈਨੈਂਸ਼ੀਅਲ ਪੋਜੀਸ਼ਨ ਇੰਪਰੂਵ ਕਰਨ ਲਈ ਲਾਇਬਿਲਟੀ ਰੀਡੀਮ ਕਰਨ ਲਈ ਅਨਫੋਰਸਨ ਕਵੈਂਟੀਜੈਂਸੀ ਨੂੰ ਮੀਟ ਕਰਨ ਲਈ ਡਿਵੀਡੈਂਡ ਦੇਣ ਲਈ ਯਾ ਬੇਟਾ ਕੋਈ ਵੀ ਲੀਗਲ ਰਿਕੁਆਇਰਮੈਂਟ ਨੂੰ ਮੀਟ ਕਰਨ ਲਈ ਕਿ ਆਪਾਂ ਡੀਆਰਆਰ ਕ੍ਰੀਏਟ ਕਰਨਾ ਹੈ ਅੰਡਰ ザ ਕੰਪਨੀ ਐਕਟ 2013 ਕੰਪਲਸਰੀ ਹੈ ਤਾਂ ਬੇਟਾ ਅਸੀ ਕੋਈ ਵੀ ਲੀਗਲ ਰਿਕੁਆਇਰਮੈਂਟ ਹੈ ਉਸ ਨੂੰ ਮੀਟ ਕਰਨ ਲਈ ਵੀ ਅਸੀਂ ਜ਼ਰਵ ਦੀ ਯੂਜ਼ ਕਰਦੇ ਆ ਤਾਂ ਦੇਖੋ ਬੇਟਾ ਹੁਣ ਟਾਈਪ ਆਫ ਰਿਜ਼ਰਵ ਕਿਹੜੇ ਕਿਹੜੇ ਆ ਜਾਂਦੇ ਆ ਆਪਣੇ ਦੋ ਤਰ੍ਹਾਂ ਦੇ ਰਿਜ਼ਰਵ ਹੈ ਬੇਟਾ ਰੈਵਨਿਊ ਜ਼ਰਵ ਤੇ ਕੈਪੀਟਲ ਰਿਜ਼ਰਵ ਬੇਟਾ ਰੈਵਨਿਊ ਜ਼ਰਵ ਉਹ ਹੈ ਜੋ ਰੈਵਨਿਊ ਪ੍ਰੋਫਿਟ ਵਿੱਚੋਂ ਰੱਖਿਆ ਜਾਂਦਾ ਹੈ ਐਗਜ਼ਾਮਪਲ ਦੇਖੋ ਬੇਟਾ ਰੈਵਨਿਊ ਜ਼ਰਵ ਦੀ ਜਨਰਲ ਜ਼ਰਵ ਤੇ ਸਪੈਸ਼ਲ ਬੇਟਾ ਜਨਰਲ ਰਿਜ਼ਰਵ ਕੀ ਹੈ ਬੇਟਾ ਜਨਰਲ ਰਿਜ਼ਰਵ ਉਹ ਹੈ ਉਹ ਵਾਲੀ ਅਮਾਉਂਟ ਜੋ ਕਿ ਸਪੈਸਿਫਿਕ ਪਰਪਸ ਲਈ ਨਹੀਂ ਰੱਖੀ ਜਾਂਦੀ ਉਹ ਵਾਲੀ ਅਮਾਉਂਟ ਜੋ ਕਿ ਸਪੈਸਿਫਿਕ ਪਰਪਸ ਨਹੀਂ ਰੱਖੀ ਜਾਂਦੀ ਬਟ ਫੋਰ ਐਨੀ ਫਿਊਚਰ ਕੰਟੀਜੈਂਸੀ ਐਕਸਪੈਂਸ਼ਨ ਲਈ ਹੁੰਦੀ ਹੈ ਓਨਲੀ ਐਂਡ ਫਿਊਚਰ ਕੰਟੀਜੈਂਸੀ ਐਂਡ ਐਕਸਪੈਂਸ਼ਨ ਲਈ ਹੁੰਦੀ ਹੈ ਫੋਰ ਏਗਜ਼ਾਮਪਲ ਬੇਟਾ ਜਨਰਲ ਰਿਜ਼ਰਵ ਬੇਟਾ ਅੱਗੇ ਆ ਗਿਆ ਸਪੈਸਿਫਿਕ ਰਿਜ਼ਰਵ ਬੇਟਾ ਸਪੈਸਿਫਿਕ ਰਿਜ਼ਰਵ ਸੇ ਆਪਣਾ ਰੱਖਿਆ ਜਾਂਦੀ ਹੈ ਅਮਾਉਂਟ ਕਿਸੇ ਨਾ ਕਿਸੇ ਸਪੈਸਿਫਿਕ ਪਰਪਸ ਲਈ ਐਂਡ ਉਹ ਉਸੇ ਲਈ ਯੂਜ਼ ਕਰ ਸਕਦੇ ਆਪਾਂ ਕਿਸੇ ਹੋਰ ਚੀਜ਼ ਲਈ ਨਹੀਂ ਯੂਜ਼ ਕਰ ਸਕਦੇ ਫੋਰ ਐਗਜ਼ਾਮਪਲ ਬੇਟਾ ਉਸੇ ਵਰਕਮੈਨ ਕੰਪੰਸੇਸ਼ਨ ਰਿਜ਼ਰਵ ਰੱਖਿਆ ਹੈ ਕਿ ਇਸ ਲਈ ਕਿ ਅਗਰ ਵਰਕਮੈਨ ਨੂੰ ਆਪਾਂ ਕੰਪੰਸੇਸ਼ਨ ਦੇਣੀ ਹੈ ਠੀਕ ਹੈ ਇਨਵੈਸਟਮੈਂਟ ਫਲਕਚੁਏਸ਼ਨ ਰਿਜ਼ਰਵ ਰੱਖਿਆ ਹੈ ਮੰਨ ਕੇ ਚਲੋ ਫਿਊਚਰ ਵਿੱਚ ਅਗਰ ਇਨਵੈਸਟਮੈਂਟ ਦੀ ਮਾਰਕੀਟ ਵੈਲਿਊ ਡਾਊਨ ਆ ਜਾਂਦੀ ਹੈ ਤਾਂ ਨਾਲ ਪਹਿਲੇ ਰਿਜ਼ਰਵ ਯੂਜ਼ ਕਰ ਸਕਦੇ ਆ ਤਾਂ ਬੇਟਾ ਹੋ ਗਏ ਤੁਹਾਡੇ ਸਪੈਸੀਫਿਕ ਰਿਜ਼ਰਵ ਠੀਕ ਹੈ ਜੀ ਐਂਡ ਚਾਹੇ ਬੇਟਾ ਤੁਹਾਡਾ ਜਨਰਲ ਰਿਜ਼ਰਵ ਹੋਵੇ ਚਾਹੇ ਤੁਹਾਡਾ ਸਪੈਸੀਫਿਕ ਰਿਜ਼ਰਵ ਹੈ ਆਲ ਅੱਗੇ ਆ ਗਿਆ ਬੇਟਾ ਕੈਪੀਟਲ ਇਸਰਵ ਬੇਟਾ ਕੈਪੀਟਲਸ ਆਫ ਓ ਐ ਜੋ ਕੈਪੀਟਲ ਪ੍ਰੋਫਿਟ ਚ ਰੱਖਿਆ ਜਾਂਦਾ ਹੈ ਜਿਨੂੰ ਅਸੀਂ ਨਾਰਮਲੀ ਡਿਵੀਡੈਂਡ ਦੇ ਲਈ ਨਹੀਂ ਵਰਤਦੇ ਬੜਾ ਅਗਰ ਯੂਜ਼ ਕਰ ਸਕਦੇ ਆ ਅਗਰ ਕੰਪਨੀ ਐਕਟ ਕਵੇ ਨਾਰਮਲੀ ਅਸੀਂ ਇਹਨੂੰ ਡਿਵੀਡੈਂਡ ਲਈ ਨਹੀਂ ਯੂਜ਼ ਕਰਦੇ ਵਰਡ ਆ ਬੇਟਾ ਨਾਰਮਲੀ ਬਟ ਇਹਨੂੰ ਅਸੀਂ ਯੂਜ਼ ਕਰ ਸਕਦੇ ਆ ਅਗਰ ਕੰਪਨੀ ਐਕਟ ਕਵੇ ਤਾਂ ਬੇਟਾ ਕੋਈ ਵੀ ਤੁਹਾਡਾ ਰਿਜ਼ਰਵ ਅਗਰ ਕੈਪੀਟਲ ਪ੍ਰੋਫਿਟ ਵਿੱਚੋਂ ਬਣਾਇਆ ਜਾਂਦਾ ਉਹਨੂੰ ਅਸੀਂ ਕੀ ਬੋਲਦੇ ਆ ਬੇਟਾ ਕੈਪੀਟਲ ਰਿਜ਼ਰਵ ਬੇਟਾ ਕੈਪੀਟਲ ਰਿਜ਼ਰਵ ਕਿਹੜੇ-ਕਿਹੜੇ ਹੋ ਸਕਦੇ ਆ ਅਗਰ ਪ੍ਰੋਫਿਟ ਪ੍ਰਾਇਰ ਟੂ ਇਨਕੋਰਪੋਰੇਸ਼ਨ ਇਨਕੋਰਪੋਰੇਸ਼ਨ ਤੋਂ ਪਹਿਲਾਂ ਕੋਈ ਵੀ ਤੁਹਾਨੂੰ ਪ੍ਰੋਫਿਟ ਹੋ ਰਿਹਾ ਪ੍ਰੀਮੀਅਮ ਆਉਟ ਰਿਡਮਪਸ਼ਨ ਆਫ ਡੇਬੈਂਚਰ ਪ੍ਰੋਫਿਟ ਔਨ ਫੋਰਫੀਚਰ ਆਫ ਸ਼ੇਅਰ ਤੁਸੀਂ ਕੋਈ ਐਸੈਟ ਸੇਲ ਕੀਤਾ ਉਸ ਤੋਂ ਪ੍ਰੋਫਿਟ ਹੋ ਰਿਹਾ ਬੇਟਾ ਪ੍ਰੋਫਿਟ ਔਨ ਰਿਡਮਪਸ਼ਨ ਆਫ ਡੇਬੈਂਚਰ ਤੁਸੀਂ ਡੇਬੈਂਚਰ ਟੀਮ ਕਰ ਰਹੇ ਹੋ ਉਸ ਤੋਂ ਤੁਹਾਨੂੰ ਪ੍ਰੋਫਿਟ ਹੋ ਰਿਹਾ ਹੈ ਸੀ ਆਰ ਆਰ ਬੇਟਾ ਘੱਟ ਤੁਹਾਡੇ ਫਿਕਸ ਐਸੈਟ ਦੇ ਤੁਸੀਂ ਰੀਵੈਲਿਊਏਸ਼ਨ ਕਰ ਰਹੇ ਹੋ ਉਸ ਤੇ ਤੁਹਾਨੂੰ ਕੋਈ ਪ੍ਰੋਫਿਟ ਹੋ ਰਿਹਾ ਲਾਈਕ ਰੀਵੈਲਿਊਏਸ਼ਨ ਅਕਾਊਂਟ ਜੋ ਤੁਹਾਨੂੰ ਪ੍ਰੋਫਿਟ ਹੁੰਦਾ ਬੇਟਾ ਉਹ ਵੀ ਤੁਹਾਡਾ ਕੈਪੀਟਲ ਸਰਵ ਦਾ ਪਾਰਟ ਹੁੰਦਾ ਹੈ ਜਿਹੜਾ ਅੱਗੇ ਆਪਾਂ ਡਿਫਰੈਂਸ ਪੜ੍ਹਦੇ ਆ ਦੇਖੋ ਰੈਵਨਿ देखो ਇਹਦਾ ਰੈਵਨਿਊ ਸਰਵ ਹੈ ਰੈਵਨਿਊ ਪ੍ਰੋਫਿਟ ਵਿੱਚੋਂ ਕ੍ਰੀਏਟ ਹੁੰਦਾ ਹੈ ਕੈਪੀਟਲ ਪ੍ਰੋਫਿਟ ਵਿੱਚੋਂ ਕ੍ਰੀਏਟ ਹੁੰਦਾ ਹੈ ਬੇਟਾ ਬੇਟਾ ਜਿਹੜਾ ਰੈਵਨਿਊ ਸਰਵ ਹੈ ਉਹਨੂੰ ਤੁਸੀਂ ਡਿਵੀਡੈਂਡਲੀ ਡਿਸਟ੍ਰੀਬਿਊਟ ਕਰਨਾ ਵਿਦਆਊਟ ਐਨੀ ਪ੍ਰੀ ਕੰਡੀਸ਼ਨ ਬਟ ਕੈਪੀਟਲ ਸਰਵ ਅਸੀਂ ਤਾਂ ਹੀ ਡਿਵੀਡੈਂਡਲੀ ਯੂਜ਼ ਕਰ ਸਕਦੇ ਅਗਰ ਕੰਪਨੀ ਐਟ ਆਪਾਨੂੰ ਪ੍ਰਸਕ੍ਰਾਈਬਡ ਕਰੇਗਾ ਅਦਰਵਾਈਜ਼ ਕੈਪੀਟਲ ਸਰਵ ਅਸੀਂ ਡਿਵੀਡੈਂਡ ਲਈ ਨਹੀਂ ਯੂਜ਼ ਕਰ ਸਕਦੇ ਬੇਟਾ ਮੇਰਾ ਜੋ ਰੈਵਨਿਊ ਰਿਜ਼ਰਵ ਹੈ ਉਹ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਸਟਰੋਂਗਲੀ ਬਣਾਇਆ ਜਾਂਦਾ ਹੈ ਜਾਂ ਸਪੈਸੀਫਿਕ ਪਰਪਸ ਲਈ ਬਣਾਇਆ ਜਾਂਦਾ ਹੈ ਪਰ ਜੋ ਬੇਟਾ ਕੈਪੀਟਲ ਰਿਜ਼ਰਵ ਹੈ ਉਹ ਕੈਪੀਟਲ ਲਾਸ ਨੂੰ ਮੀਟ ਕਰਨ ਲਈ ਬਣਾਇਆ ਜਾਂਦਾ ਹੈ ਬੇਟਾ ਹੁਣ ਅਗਲਾ ਆਂਦਾ ਆਪਣਾ ਸੀਕ੍ਰੀਟ ਰਿਜ਼ਰਵ ਕੀ ਸੀਕ੍ਰੀਟ ਰਿਜ਼ਰਵ ਕੀ ਹੁੰਦੇ ਆ ਬੇਟਾ ਬੇਟਾ ਸੀਕ੍ਰੀਟ ਰਿਜ਼ਰਵ ਦਾ ਕੀ ਮਤਲਬ ਹੈ ਇਸ ਨੂੰ ਅਸੀਂ ਹਿਡਨ ਰਿਜ਼ਰਵ ਵੀ ਕਹਿੰਦੇ ਆ ਜੋ ਬੈਲੈਂਸ ਸ਼ੀਟ ਵਿੱਚ ਡਿਸਕਲੋਜ਼ ਨਹੀਂ ਹੁੰਦੇ ਉਹ ਵਾਲੀ ਅਮਾਉਂਟ ਉਹ ਵਾਲਾ ਜ਼ਰਵ ਜੋ ਬੈਲੈਂਸ ਸ਼ੀਟ ਵਿੱਚ ਡਿਸਕਲੋਜ਼ ਨਹੀਂ ਹੁੰਦੇ ਉਸ ਨੂੰ ਅਸੀਂ ਕੀ ਬੋਲਦੇ ਆ ਬੇਟਾ ਸੀਕ ਦੇਖੋ ਜੀ ਇਟ ਕੈਨ ਬੀ ਸੈਟ ਥੈਟ ਸਰਪਲਸ ਆਫ ਦਾ ਐਸੈਟ ਓਵਰ ਲਾਇਬਿਲਟੀ ਥੈਟ ਸਰਪਲਸ ਇਸ ਨੋ ਡਿਸਕਲੋਜ਼ ਇਨ ਦਾ ਬੈਲੈਂਸ ਸ਼ੀਟ ਬੇਟਾ ਉਹ ਵਾਲਾ ਸਰਪਲਸ ਜੋ ਅਸੀਂ ਬੈਲੈਂਸ ਸ਼ੀਟ ਵੀ ਨਹੀਂ ਡਿਸਕਲੋਜ਼ ਕਰਦੇ 댓 ਇਜ਼ ਅ ਸੀਕ੍ਰੇਟ ਐਂਡ ਹਿਡਨ ਸਰਵ ਬੇਟਾ ਸੀਕਰਸ ਆਫ ਕ੍ਰੀਏਟ ਕਿਵੇਂ ਹੁੰਦਾ ਸ਼ੋਇੰਗ ਦਾ ਐਸੈਟ ਐਟ ਲੋਅਰ ਅਮਾਉਂਟ ਐਂਡ ਲਾਇਬਿਲਟੀ ਐਟ ਹਾਇਰ ਅਮਾਉਂਟ ਬੇਟਾ ਕਿਸੇ ਵੀ ਐਸੈਟ ਨੂੰ ਘੱਟ ਅਮਾਉਂਟ ਤੇ ਸ਼ੋਅ ਕਰਕੇ ਲਾਇਬਿਲਟੀ ਨੂੰ ਹਾਈ ਅਮਾਉਂਟ ਤੇ ਸ਼ੋਅ ਕਰਕੇ ਤੁਹਾਡਾ ਸੀਕ੍ਰੇਟ ਰਿਜ਼ਰਵ ਕ੍ਰੀਏਟ ਕੀਤਾ ਜਾਂਦਾ ਹੈ ਦੇਖੋ ਕਿਵੇਂ ਕ੍ਰੀਏਟ ਹੁੰਦਾ ਜਿਵੇਂ ਆਪਾਂ ਐਕਸੈਸਿਵ ਡੈਪ੍ਰੀਸੀਏਸ਼ਨ ਲਗਾਉਂਦੇ ਬੇਟਾ ਮਤਲਬ ਐਸੈਟ ਡਾਊਨ ਕਰਤਾ ਅੰਡਰ ਵੈਲਿਊਏਸ਼ਨ ਸਟੋ ਗੁੱਡਵਿਲ ਐਸੈਟ ਡਾਊਨ ਕਰਤਾ ਐਕਸੈਸਿਵ ਪ੍ਰੋਵੀਜ਼ਨ ਜਾਂ ਤੁਸੀਂ ਲਾਇਬਿਲਟੀ ਹਾਈ ਕਰਤੀ ਜਾਂ ਕੈਪੀਟਲ ਐਕਸਪੈਂਡੀਚਰ ਨੂੰ ਬੇਟਾ ਪ੍ਰੋਫਿਟ ਐਂਡ ਲਾਸ ਕਰਤਾ ਤੁਸੀਂ ਐਸੈਟ ਡਾਊਨ ਕਰਤਾ ਮਤਲਬ ਕਿ ਤੁਹਾਡਾ ਸੀਕ੍ਰੀਟ ਜ਼ੀਰੋ ਬੇਟਾ ਕਿਵੇਂ ਚਾਰਜ ਹੁੰਦਾ ਹੈ ਜਾਂ ਤਾਂ ਐਸੈ ਨੂੰ ਡਾਊਨ ਕਰਕੇ ਜਾਂ ਲਾਇਬਿਲਟੀ ਨੂੰ ਵਧਾ ਕੇ ਐਂਡ ਇਹ ਹੁੰਦਾ ਕਿਹੜਾ ਬੇਟਾ ਕੋਈ ਵੀ ਸਰਪਲਸ ਐਸਿਡ ওভার ਲਾਇਬਿਲਟੀ ਜਿਸ ਨੂੰ ਬੈਲੈਂਸ ਸ਼ੀਟ ਦੇ ਵਿੱਚ ਨੇ ਡਿਸਕਲੋਸ ਕੀਤਾ ਜਾਂਦਾ ਬੇਟਾ ਲਾਸ ਆਪਣਾ ਆਂਦਾ ਹੈ ਡਿਫਰੈਂਸ ਬੀਟਵੀਨ ਦਾ ਰੈਵਨਿਊ ਐਂਡ ਦਾ ਪ੍ਰੋਵੀਜ਼ਨ ਆਪਣਾ ਸੋਰੀ ਡਿਫਰੈਂਸ ਬੀਟਵੀਨ ਬੇਟਾ ਰਿਜ਼ਰਵ ਐਂਡ ਦਾ ਪ੍ਰੋਵੀਜ਼ਨ ਕਿ ਆਪਣਾ ਰਿਜ਼ਰਵ ਐਂਡ ਦਾ ਪ੍ਰੋਵੀਜ਼ਨ ਦੇ ਵਿੱਚ ਕੀ ਡਿਫਰੈਂਸ ਆ ਦੇਖੋ ਬੇਟਾ ਅਪਾ ਆਲਰੇਡੀ ਉੱਪਰ ਡਿਸਕਸ ਕਰਕੇ ਆਏ ਬੇਟਾ ਜੋ ਰਿਜ਼ਰਵ ਹੈ ਐਪਰੋਪ੍ਰੀਏਸ਼ਨ ਹੁੰਦਾ ਹੈ ਜੋ ਪ੍ਰੋਵੀਜ਼ਨ ਹੈ ਚਾਰਜ ਹੁੰਦੀ ਹੈ ਤੁਹਾਨੂੰ ਐਪਰੋਪ੍ਰੀਏਸ਼ਨ ਚਾਰਜ ਦੋਨਾਂ ਦਾ मीनिंग ਦੱਸਿਆ ਸੀ ਵਿਦਨ ਅਕਾਊਂਟਿੰਗ ਪੁਆਇੰਟ ਆਫ View ਤੇ ਆਊਟ ਆਫ ਦਾ ਅਕਾਊਂਟਿੰਗ ਪੁਆਇੰਟ ਵਿਊ ਠੀਕ ਹੈ ਜੀ ਤਾਂ ਤੁਹਾਡਾ ਜੋ ਰਿਜ਼ਰਵ ਹੈ ਬੇਟਾ ਐਪਰੋਪ੍ਰੀਏਸ਼ਨ ਆ ਪ੍ਰੋਫਿਟ ਹੈ ਜੋ ਆਪਣਾ ਪ੍ਰੋਵੀਜ਼ਨ ਹੈ ਉਹ ਚਾਰਜ ਅਗੇਂਸਟ ਪ੍ਰੋਫਿਟ ਹੈ ਬੇਟਾ ਰਿਜ਼ਰਵ ਕਿਉਂ ਕ੍ਰੀਏਟ ਕੀਤਾ ਜਾਂਦਾ ਹੈ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਸਟਰੋਂਗ ਕਰਨ ਲਈ ਜਾਂ ਅਨਫੋਰਸਨ ਆਪਣੀ ਲੌਸਸ ਨੂੰ ਮੀਟ ਕਰਨ ਲਈ ਬਟ ਪਰਵੀਜ਼ਨ ਕੀ ਹੈ ਬੇਟਾ ਵੈਰੀ ਵੈਰੀ ਇੰਪੋਰਟੈਂਟ ਨੋਨ ਲਾਇਬਿਲਟੀ ਲਈ ਬਟ ਉਸਦੀ ਅਮਾਉਂਟ ਨਹੀਂ ਪਤਾ ਹੁੰਦੀ ਸਾਨੂੰ ਵੈਨ ਅਮਾਉਂਟ ਇਜ਼ ਨੋ ਡਿਟਰਮਿਨਡ ਆਪਾਂ ਬੈਸਟ ਐਸਟੀਮੇਟ ਲਗਾਣੇ ਆ ਠੀਕ ਹੈ ਜੀ ਆਪਾਂ ਨੂੰ ਲਾਇਬਿਲਟੀ ਬਾਰੇ ਪਤਾ ਹੈ ਬਟ ਉਸਦੀ ਅਮਾਉਂਟ ਨਹੀਂ ਪਤਾ ਜੋ ਤੁਹਾਡਾ ਰਿਜ਼ਰਵ ਹੈ ਪ੍ਰੋਫਿਟ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਡੈਬਿਟ ਹੁੰਦਾ ਹੈ ਜੋ ਤੁਹਾਡੀ ਪ੍ਰਵੀਜ਼ਨ ਹੈ ਪ੍ਰੋਫਿਟ ਲਾਸ ਅਕਾਊਂਟ ਵਿੱਚ ਡੈਬਿਟ ਹੁੰਦੀ ਹੈ ਬੇਟਾ ਇਟ ਮੀਨ ਵੈਸਟਡ ਇਨ ਦਾ ਆਊਟਸਾਈਡ ਦਾ ਬਿਜ਼ਨਸ ਜਦੋਂ ਆਪਾਂ ਇਸ ਨੂੰ ਬੇਟਾ ਬੋਲਦੇ ਆ ਰਿਜ਼ਰਵ ਫੰਡ ਅਗਰ ਇਹ ਬਿਨਸ ਤੋਂ ਆਊਟਸਾਈਡ ਇਨਵੈਸਟ ਕੀਤਾ ਜਾਂਦਾ ਥੈਨ ਆਪਾਂ ਉਸ ਨੂੰ ਕੀ ਬੋਲਦੇ ਆ ਰਿਜ਼ਰਵ ਫੰਡ ਬਟ ਬੇਟਾ ਜੋ ਤੁਹਾਡੀ ਪ੍ਰੋਵੀਜ਼ਨ ਆ ਉਹ ਇਨਵੈਸਟ ਨਹੀਂ ਕੀਤੀ ਜਾ ਸਕਦੀ ਰਿਜ਼ਰਵ ਨੂੰ ਬੇਟਾ ਤੁਸੀਂ ਡਿਵੀਡੈਂਡ ਲਈ ਡਿਸਟ੍ਰੀਬਿਊਟ ਕਰ ਸਕਦੇ ਹੋ ਜਿਹੜਾ ਅਨਯੂਟਿਲਾਈਜ਼ਡ ਪਾਰਟ ਹੈ ਜੋ ਤੁਹਾਡਾ ਪਾਰਟ ਯੂਜ਼ ਨਹੀਂ ਹੋਇਆ ਬਟ ਜੋ ਤੁਹਾਡਾ ਪ੍ਰੋਵੀਜ਼ਨ ਹੈ ਉਹ ਕਦੇ ਵੀ ਡਿਵੀਡੈਂਡ ਦੇ ਲਈ ਨਹੀਂ ਯੂਜ਼ ਹੋ ਸਕਦੀ ਬੇਟਾ ਜੋ ਤੁਹਾਡਾ ਰਿਜ਼ਰਵ ਹੈ it can be created out of the profit as a matter of prudence and due to legal requirement ਬੜਾ ਜੋ ਤੁਹਾਡਾ ਜ਼ਰਵ ਹੈ ਪ੍ਰੂਡੈਂਸ ਦੇ ਪ੍ਰਿੰਸੀਪਲ ਦੇ ਅਕੋਰਡਿੰਗ ਹੈ ਲੀਗਲ ਰਿਕੁਆਇਰਮੈਂਟ ਦੇ ਅਕੋਰਡਿੰਗ ਕ੍ਰੀਏਟ ਕਰਨਾ ਹੀ ਪੈਂਦਾ ਹੈ ਬਟ ਜੋ ਤੁਹਾਡਾ ਆਪਣਾ ਪ੍ਰੋਵੀਜ਼ਨ ਹੈ ਉਹ ਪ੍ਰੂਡੈਂਸ ਦੇ ਅਕੋਰਡਿੰਗ ਤੁਸੀਂ ਕ੍ਰੀਏਟ ਕਰਨੀ ਹੁੰਦੀ ਹੈ ਮੇਰਾ ਜੋ ਤੁਹਾਡਾ ਰਿਜ਼ਰਵ ਹੈ ਉਹ ਤੁਹਾਡਾ ਸ਼ੋ ਹੁੰਦਾ ਹੈ ਰਿਜ਼ਰਵ ਐਂਡ ਸਰਪਲਸ ਬੈਲੈਂਸ ਸ਼ੀਟ ਦੇ ਹੈਡ ਅੰਦਰ ਰਿਜ਼ਰਵ ਐਂਡ ਸਰਪਲਸ ਲਾਇਬਿਲਟੀ ਸਾਈਡ ਲਾਇਬਿਲਟੀ ਸਾਈਡ ਆਫ ਬੈਲੈਂਸ ਸ਼ੀਟ ਅੰਡਰ ਦਾ ਹੈਡ ਆਫ ਰਿਜ਼ਰਵ ਐਂਡ ਸਰਪਲਸ ਐਂਡ ਜੋ ਆਪਣਾ ਬੇਟਾ ਪ੍ਰੋਵੀਜ਼ਨ ਹੈ ਉਹ ਤੁਹਾਡਾ ਕੀ ਹੁੰਦਾ ਐਸੈਟ ਸਾਈਡ ਦੇ ਵਿੱਚ ਡਿਡਕਟ ਹੁੰਦਾ ਹੈ ਜਾਂ ਕਰੰਟ ਲਾਇਬਿਲਟੀ ਆਂਦਾ ਬੇਟਾ ਫੋਰ ਐਗਜ਼ਾਮਪਲ ਆਪਾਂ ਦੱਸਦੇ ਜਿਵੇਂ ਬੇਟਾ ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ ਹੈ ਜਿਆਦਾ ਤੁਹਾਡੀ ਉਹ ਪ੍ਰੋਵੀਜ਼ਨ ਡੈਪ੍ਰੀਸ਼ੀਏ ਆਪਣੀ ਜੋ ਤੁਹਾਡੀ ਪ੍ਰੋਵੀਜ਼ਨ ਹੈ ਉਹ ਤੁਹਾਡੀ ਡੈਟਸ ਵਿੱਚੋਂ ਮਾਈਨਸ ਹੋ ਜਾਏਗੀ ਐਸੈਟ ਸਾਈਡ ਯਾ ਕੀ ਹੋਏਗਾ ਬੇਟਾ ਉਹ ਪ੍ਰੋਵੀਜ਼ਨ ਤੁਸੀਂ ਲਾਇਬਿਲਿਟੀ ਸਾਈਡ ਸ਼ੋਅ ਕਰ ਸਕਦੇ ਹੋ ਐਜ਼ ਅ ਕਰੰਟ ਲਾਇਬਿਲਿਟੀ ਤਾਂ ਪ੍ਰੋਵੀਜ਼ਨ ਦੇ ਦੋ ਟ੍ਰੀਟਮੈਂਟ ਹੈ ਜਾਂ ਤੁਸੀਂ ਇਸ ਨੂੰ ਕਰੰਟ ਲਾਇਬਿਲਿਟੀ ਸ਼ੋਅ ਕਰ ਸਕਦੇ ਹੋ ਜਾਂ ਐਸੈਟ ਵਿੱਚੋਂ ਡਿਡਕਟ ਕਰ ਸਕਦੇ ਹੋ ਬਟ ਜੋ ਤੁਹਾਡਾ ਡਾਟਾ ਰਿਜ਼ਰਵ ਹੈ ਉਸੇ ਆ ਤੁਹਾਡੀ ਬੈਲੈਂਸ ਸ਼ੀਟ ਦੀ ਲਾਇਬਿਲਟੀ ਸਾਈਡ ਅੰਡਰ ਰਿਜ਼ਰਵ ਐਂਡ ਸਰਪਲਸ ਸ਼ੋ ਹੁੰਦਾ ਹੈ ਬੇਟਾ ਇਹ ਆਪਣਾ ਟਾਪਿਕ ਖਤਮ ਹੁੰਦਾ ਪ੍ਰੋਵੀਜ਼ਨ ਐਂਡ ਰਿਜ਼ਰਵ ਦਾ ਇਸ ਦੇ ਰਿਲੇਟਡ ਕੋਈ ਵੀ ਡਾਊਟ ਆਂਦਾ ਬੇਟਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ 기ਵਨ ਹੈ ਉੱਥੇ ਟੈਲੀਗ੍ਰਾਮ ਦਾ ਲਿੰਕ 기ਵਨ ਆ ਉਸ ਤੇ ਤੁਸੀਂ ਆ ਕੇ ਕੋਈ ਵੀ ਡਾਊਟ ਲੈ ਸਕਦੇ ਹੋ ਪਲੱਸ ਬੇਟਾ ਤੁਹਾਨੂੰ ਆਪਣਾ ਡਿਸਕ੍ਰਿਪਸ਼ਨ ਵਿੱਚ AOC ਸਟੂਡੈਂਟ ਐਪ ਇਜ਼ਾਦ ਨੂੰ ਇੱਕ ਲਿੰਕ 기ਵਨ ਹੈ ਜਿਸ ਤੇ ਜਾ ਕੇ ਤੁਸੀਂ ਬਹੁਤ ਜ਼ਿਆਦਾ ਆਪਣੇ MCQ 기ਵਨ ਹੈ ਉੱਥੇ ਜਾ ਕੇ ਤੁਸੀਂ ਜਿੰਨੀ ਮਰਜ਼ੀ ਆਪਣੀ ਪ੍ਰੈਕਟਿਸ ਕਰ ਸਕਦੇ ਹੋ ਪਲੱਸ ਮੇਰੇ ਵਾਲੇ ਜੋ ਤੁਹਾਨੂੰ ਨੋਟਸ ਹੈ ਇਹ ਵੀ ਤੁਹਾਨੂੰ ਉੱਥੇ EOS ਸਟੂਡੈਂਟ ਐਪ ਤੇ ਅਵੇਲੇਬਲ ਹੈ ਓਕੇ ਬੇਟਾ